ਹਾਂਜੀ ਦੋਸਤੋ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂਗੇ ਤਾਂ ਜਿਵੇਂ ਕਿ ਤੁਹਾਨੂੰ ਸਾਰੇ ਨੂੰ ਪਤਾਗਾ ਵੀ ਪੰਜਾਬੀ ਗਾਇਕ ਗੁਰਨਾਮ ਪੁੱਲਰ ਦਾ ਪਿਛਲੇ ਦਿਨੀ ਵਿਆਹ ਹੋਇਆ ਜਿਸ ਦੀਆਂ ਕਿ ਬਹੁਤ ਸਾਰੀਆਂ ਵੀਡੀਓਜ਼ ਤਾਂ ਤੁਸੀਂ ਨਾ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀਆਂ ਹੋਈਆਂ ਵੇਖ ਹੀ ਲਈਆਂ ਹੋਣਗੀਆਂ ਤੇ ਦੱਸਿਆ ਜਾ ਰਿਹਾ ਵੀ ਉਹਨਾਂ ਦੀ ਪਤਨੀ ਦਾ ਨਾਮ ਹੈ ਡਾਕਟਰ ਬਲਪ੍ਰੀਤ ਕੌਰ ਤੇ ਇਹਦੇ ਨਾਲ ਹੀ ਕੁਝ ਕੋ ਹੋਰ ਵੀਡੀਓਜ਼ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਜੜੀਆਂ ਕਿ ਸੋਸ਼ਲ ਮੀਡੀਆ ਤੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਿਵੇਂ ਕਿ ਤੁਸੀਂ ਇੱਕ ਵੀਡੀਓ ਤਾਂ ਆਪਣੀ ਸਕਰੀਨ ਦੇ ਉੱਪਰ ਵੇਖ ਪਾ ਰਹੇ ਜਿੱਥੇ ਕਿ ਇਸ ਵੀ اپنی ਪਤਨੀ ਦੇ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਕ ਗਾਣੇ ਦੇ ਉੱਪਰ ਤੇ ਇਸ ਦੇ ਨਾਲ ਇੱਕ ਹੋਰ ਵੀਡੀਓ ਵੀ ਸਾਹਮਣੇ ਆ ਰਹੀ ਹੈਗੀ ਨਿਕਲ ਕੇ ਜਿਹੜੀ ਕਿ ਤੁਸੀਂ ਆਪਣੀ ਸਕਰੀਨ ਤੇ ਵੇਖ ਪਾਰਿਓਗੇ ਤਾਂ ਇਹ ਦੋਵੇਂ ਵੀਡੀਓਜ਼ سوشل میڈیا ਤੇ ਗੁਰਨਾਮ ਪੁੱਲਰ ਦੇ ਵਿਆਹ ਦੀਆਂ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈਗਾ ਪਰ ਤੁਹਾਨੂੰ ਇੰਨਾਂ ਸਾਰੀਆਂ ਵੀਡੀਓਜ਼ ਦੀ ਅਸਲ ਸੱਚਾਈ ਦੱਸਦੀ ਹੈ ਕਿ ਇਹ ਵੀਡੀਓਜ਼ ਗੁਰਨਾਮ ਪੁੱਲਰ ਦੀਆਂ ਉਹਨਾਂ ਦੀ ਪਤਨੀ ਦੇ ਨਾਲ ਨਹੀਂ ਬਲਕਿ ਆਪਣੇ ਕਿਸੇ ਗਾਣੇ ਜਾਂ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਬਣਾਈਆਂ ਗਈਆਂ ਸੀਗੀਆਂ ਬਹੁਤ ਪਹਿਲਾਂ ਹੀ ਤੇ ਲਗਭਗ ਇੰਨਾਂ ਵੀਡੀਓਜ਼ ਨੂੰ ਇੱਕ ਤੋਂ ਡੇਢ ਸਾਲ ਹੋ ਚੁੱਕਿਆ ਹੈ ਬਾਕੀ ਅੱਜ ਦੀ ਵੀਡੀਓ 'ਚ ਅੰਨੀ ਤੇ ਜਲਦੀ ਮਿਲ ਵੀਡੀਓ ਚਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਹੋਰ ਵੀਡੀਓਜ਼ ਦੇਖਣ ਦੇ ਲਈ